ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਦਿੱਲੀ ਵੱਲੋਂ ਮਾਸਟਰ ਤਾਰਾ ਸਿੰਘ ਔਡੀਟੋਰੀਅਮ ਵਿੱਚ 3ਰੋਜਾ ਪਹਿਲੀ ਸਿੱਖ ਹਿਸਟਰੀ ਕਾਂਗਰਸ 2023 ਕਰਵਾਈ ਗਈ ਇੰਡੀਅਨ ਕਾਉਂਸਲ ਆਫ ਹਿਸਟੋਰੀਕਲ ਰਿਸਰਚ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ ਫੋਰਟਸ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਇਸ ਸਿੱਖ ਹਿਸਟਰੀ ਕਾਂਗਰਸ 2023 ਵਿੱਚ ਵੱਖ-ਵੱਖ ਤਕਨੀਕੀ ਸੈਸ਼ਨਾਂ ਵਿੱਚ ਗੁਰੂ ਕਾਲ ਤੋਂ ਲੈ ਕੇ ਜੋ ਕੇ ਸਮੇਂ ਤੱਕ ਸਿੱਖਾਂ ਦੇ ਯੋਗਦਾਨ ਬਾਰੇ ਦੇਸ਼ ਵਿਦੇਸ਼ ਦੇ ਵਿਦਵਾਨਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਸੈਸ਼ਨ ਦੇ ਆਖਰੀ ਦਿਨ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਜੀਵਨ ਸਫ਼ਰ ਦੇ ਹਵਾਲੇ ਨਾਲ ਪੰਜਾਬੀ ਸੁਭਾ ਮੋਰਚੇ ਵਿੱਚ ਪਾਏ ਯੋਗਦਾਨ ਨੂੰ ਪੇਸ਼ ਕੀਤਾ। ਪ੍ਰਬੰਧਕਾਂ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਉਹਨਾਂ ਤੋਂ ਇਲਾਵਾ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਪ੍ਰੋਫੈਸਰ ਸਵਰਨ ਸਿੰਘ ਕਲੋਂ, ਪ੍ਰੋਫੈਸਰ ਨਿਰਮਲ ਸਿੰਘ, ਪ੍ਰੋਫੈਸਰ ਅਮਰਿਤਕੌਰ ਬਸਰਾ, ਸਰਦਾਰ ਜਸਬੀਰ ਸਿੰਘ ਸਰਨਾ, ਪ੍ਰੋਫੈਸਰ ਜਗਮੋਨ ਸਿੰਘ ਗੱਲੇ, ਡਾਕਟਰ ਜਗੀਰਕਰ, ਪ੍ਰੋਫੈਸਰ ਰਵੇਲ ਸਿੰਘ, ਡਾਕਟਰ ਗੁਰਪ੍ਰੀਤ ਸਿੰਘ ਗੁਰਾਇ ਪ੍ਰੋਫੈਸਰ ਐਸ. ਪੀ. ਸਿੰਘ ਨੇ ਪਰਚੇ ਪੜੇ ਪ੍ਰੋਫੈਸਰ ਮਹਿੰਦਰ ਸਿੰਘ ਨੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕੀਤੀ ਸਰਦਾਰ ਚਰਨ ਸਿੰਘ ਜੀ ਨੇ ਜੋ ਸਿੱਖੀ ਦੀਆਂ ਵਡਿਆਈਆਂ ਨੂੰ ਗੁਰਬਾਣੀ ਦੀਆਂ ਪੰਕਤੀਆਂ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਉਸ ਵਿੱਚੋਂ ਇੱਕ ਗੱਲ ਸਾਰਿਆਂ ਨੂੰ ਸਮਝ ਆਈ ਹੋਗੀ ਕਿ ਸਿੱਖ ਧਰਮ ਸ਼ਰਧਾ ਤੇ ਬਖਸ਼ਿਸ਼ ਦਾ ਧਰਮ ਹੈ ਅਤੇ ਇਸ ਬਖਸ਼ਿਸ਼ ਦੇ ਧਰਮ ਨੇ ਸੰਸਾਰ ਦੇ ਲੋਕਾਂ ਨੂੰ ਅਤੇ ਉਹਨਾਂ ਦੀ ਭਲਾਈ ਲਈ ਜੋ ਕੰਮ ਕੀਤਾ ਹੈ ਉਸ ਦਾ ਕੋਈ ਸਾਨੀ ਨਹੀਂ ਹੈ ਸੰਸਾਰ ਵਰਦਾ ਕੋਈ ਵੀ ਧਰਮ ਸਿੱਖ ਧਰਮ ਦਾ ਇਸ ਪੱਖੋਂ ਸਾਨੀ ਨਹੀਂ ਹੈ ਕਿ ਸਿੱਖ ਧਰਮ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਜੋ ਵੇ ਆਫ ਲਾਈਫ ਦਿੱਤਾ ਹੈ ਉਹੀ ਅੱਜ ਸਭ ਤੋਂ ਵਧੀਆ ਵੇਅ ਆਫ ਲਾਈਫ ਹੈ ਦੂਸਰੀ ਗੱਲ ਮੈਂ ਆਪਣੇ ਬਾਰੇ ਕਰਾਂਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦਾ ਪਾਤਰ ਇੱਕ ਖੁਸ਼ਕਿਸਮਤ ਗੁਰੂ ਦਾ ਸਿੱਖ ਹਾਂ ਅਤੇ ਪਿਛਲੀ ਤਕਰੀਬਨ ਅੱਧੀ ਸਦੀ ਤੋਂ ਜ਼ਿਆਦਾ ਸਮੇਂ ਵਿੱਚ ਜੋ ਸਿੱਖ ਧਰਮ ਦੀ ਉਥਾਨ ਤੇ ਟੈਂਦੀ ਕਲਾ ਹੋਈ ਹੈ ਉਸ ਦਾ ਚਸ਼ਮਦੀਦ ਗਵਾਹ ਹਾਂ ਮੈਂ ਇਕੱਲਾ ਹੀ ਨਹੀਂ ਇਹ ਮੰਚ ਉਤੇ ਬੈਠੇ ਹੋਏ ਸਰਦਾਰ ਮੱਖਣ ਸਿੰਘ ਜੀ ਸਰਦਾਰ ਭਿੰਦਰ ਸਿੰਘ ਜੀ ਪਿਛਲੇ 60 ਸਾਲਾਂ ਤੋਂ ਲਗਾਤਾਰ ਅਸੀਂ ਇਕੱਠੇ ਸਿੱਖੀ ਦੀ ਸੇਵਾ ਦੇ ਖੇਤਰ ਵਿੱਚ ਕੰਮ ਕਰਦੇ ਰਹੇ ਹਾਂ ਅਤੇ ਸਭ ਤੋਂ ਵੱਡੇ ਸੀਨੀਅਰ ਸਿੱਖ ਕੌਮ ਦੇ ਇਸ ਯੁੱਗ ਦੇ ਚਿੰਤਕ ਸਿੱਖ ਚਿੰਤਕ ਸਿੱਖ ਵਿਦਵਾਨ ਸਿੱਖ ਪਾਰਲੀਮੈਂਟੇਰੀਅਨ ਬੁਲਾਰੇ ਸਰਦਾਰ ਤਰਲੋਚਨ ਸਿੰਘ ਜੀ 1951 ਤੋਂ ਮੇਰੇ ਫਾਦਰ ਗਿਆਨੀ ਹਰਨਾਮ ਸਿੰਘ ਜੀ ਤੇ ਸਰਦਾਰ ਤਰਲੋਚਨ ਸਿੰਘ ਜੀ ਇਹ ਕੁਰਬਾਨੀਆਂ ਵਿੱਚੋਂ ਸੰਘਰਸ਼ ਵਿੱਚੋਂ ਸੇਵਾ ਵਿੱਚੋਂ ਇਸ ਮਕਾਮ ਉੱਤੇ ਪਹੁੰਚੇ ਹਨ ਡਾਕਟਰ ਚਰਨ ਸਿੰਘ ਜੀ ਕਿਸੇ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਵਰਲਡ ਦੀਆਂ ਯੂਨੀਵਰਸਿਟੀਆਂ ਚ ਪ੍ਰੋਫੈਸਰ ਹਨ ਗਵਰਨਮੈਂਟ ਆਫ ਇੰਡੀਆ ਦੇ ਨੀਤੀ ਉਦਯੋਗ ਦੀਆਂ ਪਲੈਨਿੰਗ ਕਮੇਟੀਆਂ ਦੇ ਚ ਇਹ ਬੜੇ ਵੱਡੇ ਸੀਨੀਅਰ ਮੈਂਬਰ ਹਨ ਬਹੁਤ ਕਿ ਜਗਾ ਇਹਨਾਂ ਦਾ ਰੋਲ ਹੈ ਬੜੀ ਮਿਹਰਬਾਨੀ ਇਹਨਾਂ ਦੀ ਔਰ ਬੈਸੇ ਵੀ ਪੰਜਾਬ ਸਿੰਧ ਬੈਂਕ ਸਾਡੀ ਇਸ ਕਾਨਫਰੰਸ ਦਾ ਸਾਡੇ ਨਾਲ ਸਹਿਯੋਗ ਦੇ ਰਿਹਾ ਉਸ ਲਈ ਵੀ ਇਹਨਾਂ ਦਾ ਧੰਨਵਾਦ ਚੜਜੀ ਕਲਾ ਟੀਵੀ ਇਸ ਵੇਲੇ ਸਾਰੀ ਵਰਡ ਵਿੱਚ ਸਿੱਖਾਂ ਦੀ ਇੱਕੋ ਇੱਕ ਜਿਹੜੀ ਕਿ ਇਹਨੇ ਲਗਾਤਾਰ ਗੁਰਦੁਆਰਾ ਸਾਹਿਬਾਨ ਦੇ ਡੇਲੀ ਕੀਰਤਨ ਲੋਕਾਂ ਨੂੰ ਪਹੁੰਚਾਉਂਦੀ ਹੈ ਤੇ ਡੇਲੀ ਇਹਨਾਂ ਦੇ ਜਿਹੜੀ ਚਰਚਾ ਹੁੰਦੀ ਹੈ ਪੋਲਿਟਿਕਲ ਚਰਚਾ ਉਹ ਬੜੀ ਮਸ਼ਹੂਰ ਹੈ ਬਹੁਤ ਸੇਵਾ ਦਰਦੀ ਜੀ ਦੀ ਇਹੋ ਇਹਨਾਂ ਨੇ ਆਪਣੇ ਜੀਵਨ ਵਿੱਚ ਜੋ ਸਿੱਖੀ ਲਈ ਕੀਤਾ ਉਹ ਆਪ ਹੀ ਦੱਸਿਆ ਲੇਕਿਨ ਐਜ਼ ਅ ਜਰਨਲਿਸਟ ਇਸ ਲਈ ਇੰਡੀਆ ਜ ਇਹਨਾਂ ਦਾ ਬੜਾ ਵੱਡਾ ਨਾਂ ਹੈ ਔਰ ਪਾਰਲੀਮੈਂਟ ਦੀ ਜਰਨਲਿਜ਼ਮ ਦੀ ਕਮੇਟੀ ਦੇ ਬੜੇ ਲਗਾਤਾਰ ਮੈਂਬਰ ਹਨ ਬਹੁਤ ਸੇਵਾ ਉਹਨਾਂ ਦਾ ਵੀ ਧੰਨਵਾਦ ਹੈ ਕਿ ਅੱਜ ਇਹਨਾਂ ਦੇ ਸਾਡੇ ਸੈਸ਼ਨ 'ਚ ਸਪੈਸ਼ਲ ਆ ਕੇ ਸਾਨੂੰ ਸਾਰਿਆਂ ਨੂੰ ਕੀਤਾ ਡਾਕਟਰ ਮਹਿੰਦਰ ਸਿੰਘ ਜੀ ਦਾ ਅਸੀਂ ਖਾਸ ਧੰਨਵਾਦੀ ਆ ਕਿ ਹਮੇਸ਼ਾ ਹੀ ਕਾਲਜ ਦੇ ਹਰ ਕੰਮ 'ਚ ਸਾਡੇ ਨਾਲ ਸਹਿਯੋਗ ਕਰਦੇ ਨੇ ਜੋ ਬਾਹਰ ਸੀ ਨਮਾਇਸ਼ ਲਗਾਈ ਹੈ ਉਹ ਵੀ ਇਹਨਾਂ ਦੀ ਮਿਹਰਬਾਨੀ ਹੈ ਹਰ ਵਕਤ ਇਹ ਸਾਡੀ ਪੂਰੀ ਮਦਦ ਕਰਦੇ ਆ ਤੇ ਜਿੰਨੇ ਤੁਸੀਂ ਆਏ ਹੋ ਸਕਾਲਰ ਤੁਹਾਡਾ ਤੇ ਬਹੁਤ ਹੀ ਧੰਨਵਾਦ ਆ ਜੇ ਤੁਸੀਂ ਤੁਹਾਡੇ ਆਉਣ ਕਰਕੇ ਕਾਨਫਰੰਸ ਕਾਮਯਾਬ ਕਾਨਫਰੰਸ ਦੀ ਕਾਮਯਾਬੀ ਤੁਹਾਡੇ ਪੇਪਰਸ ਹਨ ਅਗੋਂ ਅਸੀਂ ਇਹਨਾਂ ਪੇਪਰਸ ਨੂੰ ਫੁੱਲੀ ਯੂਟਿਲਾਈਜ਼ ਕਰਕੇ ਕਿਵੇਂ ਅਸੀਂ ਜਿਹੜਾ ਅਗੋ ਕਰੀਏ ਉਹ ਬੈਠ ਕੇ ਸਲਾਹ ਹੋਏਗੀ ਪ੍ਰਿੰਟ ਕਰਾਵਾਂਗੇ ਇਹ ਹੀ ਸਾਡਾ ਉਹ ਵਿਚਾਰ ਹੈ ਕਿ ਭਾਰਤ ਸਰਕਾਰ ਨਾਲ ਇੱਕ ਮੀਟਿੰਗ ਕਰਕੇ ਜਿਹੜੀਆਂ ਅਸੀਂ ਪ੍ਰਪੋਜ਼ਲ ਰੱਖੀਆਂ ਕਿ ਸਾਡੀ ਹਿਸਟਰੀ ਭਾਰਤ ਸਰਕਾਰ ਦੀਆਂ ਕਿਤਾਬਾਂ ਚ ਹਿਸਟਰੀ ਬੁੱਕਸ ਚ ਕਿਵੇਂ ਜਾਵੇ ਉਸ ਬਾਰੇ ਅਸੀਂ ਮੀਟਿੰਗ ਹੁਣ ਸਰਕਾਰ ਨਾਲ ਲਵਾਂਗੇ ਡਾਕਟਰ ਮਹਿੰਦਰ ਸਿੰਘ ਜੀ ਨਾਲ ਲੈ ਕੇ ਤਾਂ ਕਿ ਅਸੀਂ ਵੱਤ ਤੋਂ ਵੱਧ ਇਹਦਾ ਬੈਨੀਫਿਟ ਠਾ ਸਕੀ